ਹਰ ਦਿਨ ਕੋਈ ਨਾ ਕੋਈ ਕਲਾਕਾਰ ਵਿਵਾਦਾਂ ਵਿੱਚ ਰਹਿੰਦਾ ਹੈ, ਕਦੇ ਕਿਸੇ ਧਰਮ ਬਾਰੇ ਗਲਤ ਟਿੱਪਣੀ ਕਰਕੇ, ਕਦੇ ਕਿਸੇ ਜਾਤੀ ਤੇ ਟਿੱਪਣੀ ਨੂੰ ਲੈ ਕੇ। ਜਿਹੜੇ ਮਿਹਨਤੀ ਸੱਭਿਆਚਾਰਕ ਕਲਾਕਾਰ ਨੇ ਉਹਨਾਂ ਤੋਂ ਇਹ ਉਮੀਦ ਤਾਂ ਨਹੀਂ ਹੁੰਦੀ ਵੀ ਕਿਸੇ ਬਾਰੇ ਇਹੋ ਜਿਹੇ ਸ਼ਬਦ ਵਰਤਣਗੇ, ਪਰ ਹੁਣ ਮਾਮਲਾ ਨਵਾਂ ਸਾਹਮਣੇ ਆਇਆ। ਸੈਂਟਰ ਤੱਕ ਇਹ ਮਾਮਲਾ ਪਹੁੰਚ ਚੁੱਕਿਆ ਹੈ ਕਿ ਇਹ ਪੂਰਾ ਮਾਮਲਾ ਇਨਾਮੀ ਕਲਾਕਾਰਾਂ ਦੇ ਬਾਰੇ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚਲਦੀ ਚਲਦੀ ਸ਼ੇਅਰ ਜ਼ਰੂਰ ਕਰ ਦਿਓ। ਵੀਡੀਓ ਤੇ ਅੱਗੇ ਵਧਣ ਤੋਂ ਪਹਿਲਾਂ ਦੱਸ ਦਈਏ ਕਿ ਇਹ ਵੀਡੀਓ ਬਣਾਉਣ ਦਾ ਮਕਸਦ ਕਿਸੇ ਨੂੰ ਬਦਨਾਮ ਕਰਨਾ ਨਹੀਂ, ਕਿਸੇ ਦੀ ਛਵੀ ਖਰਾਬ ਕਰਨਾ ਨਹੀਂ, ਬਲਕਿ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਚੱਲ ਰਿਹਾ, ਜੋ ਚਰਚਾ ਦੇ ਵਿੱਚ ਹੈ, ਉਸ ਦੀ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕਰਦੇ ਹਾਂ। ਸੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਆਓ ਵੱਧਦੀ ਵੀਡੀਓ ਵੱਲ। ਸਭ ਤੋਂ ਪਹਿਲਾਂ ਗੱਲ ਕਰਦੇ ਪੰਜਾਬੀ ਸਿੰਗਰ ਜੈਜੀਬੀ ਦੀ। ਜੈਜੀਬੀ ਨੂੰ ਤੁਸੀਂ ਸਾਰੇ ਜਾਣਦੇ ਹੋ, ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ। ਜੈਜੀਬੀ ਹੁਣ ਵਿਵਾਦਾਂ ਵਿੱਚ ਘਿਰ ਚੁੱਕੇ ਹੈ। ਜੀ ਹਾਂ, ਤੁਸੀਂ ਨੇ ਸਹੀ ਸੁਣਿਆ, ਜੈਜੀਬੀ ਦੀਆਂ ਹੁਣ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ। ਜੈਜੀਬੀ ਦੇ ਹੁਣ ਪੁਤਲੇ ਸਾੜੇ ਜਾ ਰਹੇ ਨੇ, ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹੈ। ਇਹ ਵਿਵਾਦ ਕਿਵੇਂ ਹੋਇਆ, ਇਹੋ ਜੀ ਕਿਹੜੀ ਗੱਲ ਹੈ ਜੋ ਸੈਂਟਰ ਤੱਕ ਪਹੁੰਚਾਉਣ ਦੀ ਨੌਬਤ ਆ ਗਈ ਹੈ? ਦਰਅਸਲ ਬੀਤੇ ਕੁਝ ਦਿਨ ਪਹਿਲਾਂ ਪੰਜਾਬੀ ਮਸ਼ਹੂਰ ਗਾਇਕ ਜੈਜੀਬੀ ਦਾ ਇੱਕ ਗਾਣਾ ਰਿਲੀਜ਼ ਹੋਇਆ ਜਿਸ ਦਾ ਟਾਈਟਲ ਹੈ ਮਰਕ ਸ਼ਕੀਨਾ ਦੀ। ਇਸ ਗਾਣੇ ਕਰਕੇ ਸਾਰਾ ਵਿਵਾਦ ਹੋਇਆ। ਇਸ ਗਾਣੇ ਵਿੱਚ ਭੇਡ ਸ਼ਬਦ ਦਾ ਇਸਤੇਮਾਲ ਕੀਤਾ ਗਿਆ। ਮਨਵੀਰ ਕੌਰ ਰਾਹੀ ਜੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜੈਜੀਬੀ ਦੇ ਪੁਤਲੇ ਵੀ ਸਾੜੇ ਗਏ ਨੇ। ਜੈਜੀਬੀ ਤੇ ਆਰੋਪ ਹੈ ਕਿ ਜੈਜੀਬੀ ਨੇ ਇੱਕ ਔਰਤ ਨੂੰ ਡਿਸਰਿਸਪੈਕਟ ਕੀਤਾ, ਭੇਡ ਸ਼ਬਦ ਨਾਲ ਮਹਿਲਾਵਾਂ ਦੀ ਤੁਲਨਾ ਕੀਤੀ ਹੈ ਜਿਸ ਵਿੱਚ ਮਹਿਲਾਵਾਂ ਦੀ ਬੇਇੱਜ਼ਤੀ ਹੈ। ਇਹਨਾਂ ਨੇ ਮਹਿਲਾਵਾਂ ਦੀ ਬੇਇੱਜ਼ਤੀ ਕੀਤੀ ਹੈ, ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਗਾਣੇ ਦੇ ਬੋਲ ਤੁਸੀਂ ਨੇ ਸੁਣ ਲਿੱਤੇ ਹੋਣਗੇ, ਨਹੀਂ ਸੁਣੇ ਤਾਂ ਤੁਸੀਂ ਅੱਗੇ ਸੁਣ ਸਕਦੇ ਹੋ। ਇਸ ਗੱਲ ਨੂੰ ਲੈ ਕੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਵੱਡੇ ਪੱਧਰ ਤੇ ਜੈਜੀਬੀ ਦਾ ਬਾਈਕਾਟ ਕਰਨ ਦੀ ਗੱਲ ਆਖੀ ਗਈ ਹੈ। ਵੱਡੇ ਪੱਧਰ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹੈ। ਲਗਾਤਾਰ ਕੋਈ ਨਾ ਕੋਈ ਕਲਾਕਾਰ ਦਿਨ ਬ ਦਿਨ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ। ਹਾਲ ਹੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਨੀਰੂ ਬਾਜਵਾ ਦੀ, ਤਾਂ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਲਾਕਾਰ ਇਸੇ ਤਰ੍ਹਾਂ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਖਾਸ ਕਰ ਕਲਾਕਾਰ ਵਿਵਾਦਾਂ ਵਿੱਚ ਰਹਿੰਦੇ ਨੇ, ਤਾਂ ਇਹ ਨਵਾਂ ਮਾਮਲਾ ਹੈ। ਪਰ ਇੱਕੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਜੇ ਤੱਕ ਜੈਜੀਬੀ ਦਾ ਕੋਈ ਰਿਐਕਟ ਸਾਹਮਣੇ ਨਹੀਂ ਆਇਆ। ਜੈਜੀਬੀ ਨੇ ਅਜੇ ਤੱਕ ਨਾ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਕੋਈ ਪੋਸਟ ਸਾਂਝੀ ਕੀਤੀ ਹੈ, ਨਾ ਹੀ ਕੋਈ ਸਟੋਰੀ ਵਗੈਰਾ ਜਾਂ ਫਿਰ ਮੀਡੀਆ ਦੇ ਵਿੱਚ ਕੋਈ ਬਿਆਨ ਦਿੱਤਾ ਹੈ। ਇਸ ਦਾ ਅਜੇ ਤੱਕ ਕੋਈ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ। ਬਾਕੀ ਤੁਸੀਂ ਅੱਗੇ ਯੂਨੀਅਨ ਦੇ ਵੱਲੋਂ ਜੋ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ, ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ, ਉਹ ਤੁਸੀਂ ਅੱਗੇ ਗੱਲਬਾਤ ਸੁਣ ਸਕਦੇ ਹੋ। ਤੇ ਭਾਈ ਜੀ, ਇਹਨਾਂ ਨੇ ਕੀ ਕੀਤਾ, ਬੀਬੀਆਂ ਦੇ ਖਿਲਾਫ਼ ਜੈਜੀਬੀ ਨੇ ਗਾਣਾ ਕੱਢਿਆ ਗਿਆ, ਤੂੰ ਕੀ ਜਾਣਦੀ ਦੇ ਕਰਨੇ ਭੇਡ ਸਕੀਨਾਂ ਦੀ। ਉਹ ਗਾਣੇ ਦੇ ਵਿੱਚ ਬੀਬੀਆਂ ਨੂੰ ਭੇਡਾਂ ਕਿਹਾ ਗਿਆ, ਬਹੁਤ ਨਿੰਦਣਯੋਗ ਆ। ਇਹਦੇ ਅਸੀਂ ਵਿਰੋਧ ਕਰਦੇ ਹਾਂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਵਿਰੋਧ ਕਰਦੀ ਹੈਗੀ। ਅੱਜ ਅਸੀਂ ਕਚਹਿਰੀ ਚੌਂਕ ਬਰਨਾਲਾ ਦੇ ਵਿੱਚ ਜਿਹੜਾ ਮਸ਼ਹੂਰ ਸਿੰਗਰ ਹੈ ਜੈਜੀਬੀ, ਅਸੀਂ ਅੱਜ ਅਸੀਂ ਉਹਦਾ ਪੁਤਲਾ ਫੂਕਿਆ। ਦੇਖੋ, 8 ਮਾਰਚ ਨੂੰ ਅਸੀਂ ਮਹਿਲਾ ਦਿਵਸ ਮਨਾ ਕੇ ਹਟਦੇ ਹਾਂ ਅਤੇ 10 ਤਰੀਕ ਨੂੰ ਜੈਜੀ ਮੈਂਸ ਦਾ ਇੱਕ ਗਾਣਾ ਰਿਲੀਜ਼ ਹੁੰਦਾ ਹੈ ਮੜਕ ਸ਼ਕੀਨਾ ਦੀ, ਤੂੰ ਕੀ ਜਾਣਦੀ ਭੇਡੇ। ਇਹ ਜਿਹੜਾ ਭੇਡੇ ਸ਼ਬਦ ਆ ਗਾਣੇ ਦੇ ਵਿੱਚ ਹਰੇਕ ਸਟੈਂਜੇ ਦੇ ਵਿੱਚ ਆਇਆ, ਅਤੇ ਜਿਹੜਾ ਭੇਡੇ ਸ਼ਬਦ ਆ ਇਹ ਉਹ ਇੱਕ ਇਸਤਰੀ ਨੂੰ ਪ੍ਰੋਨਾਊਂਸ ਕਰ ਰਿਹਾ ਜੋ ਕਿ ਬਹੁਤ ਹੀ ਮੰਦਭਾਗਾ ਸ਼ਬਦ ਹੈ। ਦੇਖੋ, ਇਹ ਇਹ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਪੰਜਾਬੀ ਕਲਚਰ ਆ ਉਸਨੂੰ ਬਦਨਾਮ ਕੀਤਾ ਜਾ ਰਿਹਾ। ਅਸੀਂ ਠੀਕ ਹੈ, ਇਹਦੇ ਵਿੱਚ ਸਿੱਠਣੀਆਂ ਦੇ ਵਿੱਚ ਕਦੇ ਕਦੇ ਜਿਹੜੀਆਂ ਸਾਡੀਆਂ ਪੇਂਡੂ ਔਰਤਾਂ ਨੇ ਉਹ ਇੱਕ ਦੂਜੇ ਨੂੰ ਇਹ ਸ਼ਬਦਾਵਲੀ ਵਰਤਦੀਆਂ ਨੇ। ਤੁਹਾਡਾ ਇਸ ਬਾਰੇ ਕੀ ਕਹਿਣਾ, ਕਮੈਂਟ ਜ਼ਰੂਰ ਕਰਿਓ। ਇਸ ਦੇ ਨਾਲ ਹੀ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਦੀ। ਸਿੱਧੂ ਮੂਸੇਵਾਲਾ ਕੇਸ ਦੀ ਅੱਜ ਤਰੀਕ ਸੀ। ਹਰ ਵਾਰ ਦੀ ਤਰ੍ਹਾਂ ਆਰੋਪੀਆਂ ਨੂੰ ਬੀਸੀ ਰਾਹੀਂ ਪੇਸ਼ ਕੀਤਾ ਗਿਆ। ਸਰਦਾਰ ਬਲਕੌਰ ਸਿੰਘ ਜੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹਾਲ ਹੀ ਵਿੱਚ ਚੱਲ ਰਹੇ ਮਾਮਲੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਜੋ IVF ਡਾਕੂਮੈਂਟ ਦੀ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ, ਉਸ ਨੂੰ ਲੈ ਕੇ ਜਿਵੇਂ ਬੀਤੇ ਕੁਝ ਦਿਨਾਂ ਤੋਂ ਸਿੱਧੂ ਪਰਿਵਾਰ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ, ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਤਾਂ ਸਰਦਾਰ ਬਲਕੌਰ ਸਿੰਘ ਜੀ ਦੇ ਇਸ ਬਿਆਨ ਤੋਂ ਬਾਅਦ ਇਹ ਗੱਲ ਤਾਂ ਕਲੀਅਰ ਹੋ ਗਈ ਹੈ, ਬਿਲਕੁਲ ਸਾਫ਼ ਹੋ ਗਿਆ ਕਿ ਸਿੱਧੂ ਪਰਿਵਾਰ ਨੇ ਕੁਝ ਗਲਤ ਨਹੀਂ ਕੀਤਾ। ਜੋ ਵੀ ਸਟੈਪ ਚੱਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤਾ, ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਸਰਦਾਰ ਬਲਕੌਰ ਸਿੰਘ ਜੀ ਨੇ ਪਹਿਲੇ ਹੀ ਦਿਨ ਜਦ ਇੱਕ ਵੀਡੀਓ ਸਾਂਝੀ ਕੀਤੀ ਸੀ, ਪਹਿਲਾ ਬਿਆਨ ਸਾਹਮਣੇ ਆਇਆ ਸੀ,
ਉਸ ਵਿੱਚ ਵੀ ਇਹੋ ਗੱਲ ਕਹੀ ਸੀ ਕਿ ਮੈਨੂੰ ਇਸ ਗਾਈਡਲਾਈਨ ਦੇ ਬਾਰੇ ਪਤਾ ਹੈ, ਕਾਨੂੰਨ ਦੇ ਬਾਰੇ ਪਤਾ ਹੈ, ਤੇ ਮੈਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਇਹ ਟ੍ਰੀਟਮੈਂਟ ਚਾਲੂ ਕੀਤਾ। ਫਿਰ ਇਸ ਦੇ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਟ੍ਰੀਟਮੈਂਟ ਹੋਇਆ ਇੰਡੀਆ ਦੇ ਵਿੱਚ ਨਹੀਂ ਹੋਇਆ ਬਲਕਿ ਇੰਗਲੈਂਡ ਦੇ ਵਿੱਚ ਇਹ ਹੋਇਆ। ਬਾਕੀ ਤੁਸੀਂ ਅੱਗੇ ਸਰਦਾਰ ਬਲਕੌਰ ਸਿੰਘ ਜੀ ਦੀ ਮੀਡੀਆ ਬਾਈਟ ਸੁਣ ਸਕਦੇ ਹੋ। ਇਸ ਤੋਂ ਟ੍ਰੀਟਮੈਂਟ ਲਿਆ ਆਉਣ ਸਾਰ ਅਸੀਂ ਆਪਣੇ ਮੁੱਢਲੇ ਸਿਹਤ ਕੇਂਦਰ ਦੇ ਉੱਤੇ ਦੀ ਇਨਫੋਰਮੇਸ਼ਨ ਦਿੱਤੀ ਹੈ। ਫਿਰ ਤੁਸੀਂ ਜ਼ਿਲ੍ਹਾ ਅਫਸਰ ਮਾਨਸਾ ਨੂੰ ਕਿਉਂ ਨਹੀਂ ਪੁੱਛਦੇ? ਬਠਿੰਡਾ ਨਾਲ ਜਦੋਂ ਸਾਡਾ ਬਖੂਆ ਹੀ ਨਹੀਂ ਪੈਂਦਾ, ਸਾਡਾ ਬਠਿੰਡਾ ਨਾਲ ਕੀ ਮਤਲਬ? ਅਸੀਂ ਕੇਵਲ ਅਤੇ ਕੇਵਲ ਇਹਨਾਂ ਕੋਲ 4 ਮੰਥ ਦੇ ਵਿੱਚ ਆਏ ਹਾਂ ਔਰ ਅਸੀਂ ਇਹਨਾਂ ਤੋਂ ਉਦੋਂ ਦਾ ਟ੍ਰੀਟਮੈਂਟ ਜਿਹੜਾ ਲੈ ਰਹੇ ਹਾਂ ਉਹਦਾ ਤੁਹਾਨੂੰ ਸਾਰਾ ਰਿਕਾਰਡ ਦਿੱਤਾ, ਤਾਂ ਕਰਕੇ ਉਹਨਾਂ ਦਾ ਵਤੀਰਾ ਜਿਹੜਾ ਲੱਗਦਾ ਸੀ। ਮੈਂ ਸੀ ਐਮ ਸਾਹਿਬ ਨੂੰ ਸਪੈਸ਼ਲੀ ਇਹ ਗੱਲ ਕਹਿਣਾ, ਤੁਸੀਂ ਸਾਨੂੰ ਇੰਨੇ ਮੂਰਖ ਨਾ ਸਮਝੋ। ਅੱਜ ਦੀ ਤਰੀਕ ਦੇ ਉੱਤੇ ਉਹੀ ਰੂਟੀਨ ਦੀ ਤਰ੍ਹਾਂ ਜਿੱਦਾਂ ਪਿਛਲੀਆਂ ਪੇਸ਼ੀਆਂ 'ਤੇ ਹੁੰਦਾ ਉਸ ਤਰ੍ਹਾਂ ਹੀ ਸਾਰਿਆਂ ਦੀ VC ਰਾਹੀਂ ਪੇਸ਼ ਹੋਏ ਨੇ ਸਾਰੇ ਦੋਸ਼ੀ, ਅਤੇ ਦੋਸ਼ੀਆਂ ਵੱਲੋਂ ਜੋ ਦਰਖਾਸਤ ਦਿੱਤੀ ਗਈ ਸੀ ਡਿਸਚਾਰਜ ਕਰਨ ਦੀ ਉਹ 'ਤੇ ਬਹਿਸ ਲਈ ਆਪਾਂ ਨੂੰ ਜਿਹੜਾ ਹੈਗਾ 27 ਤਰੀਕ ਦਾ ਤੱਕ ਆਪਾਂ ਉਹਦੀ ਬਹਿਸ ਕਰਨੀ ਹੈ। ਤਾਂ ਅਗਲੀ ਜਿਹੜੀ ਹੈਗੀ ਸਾਡੀ 5 ਅਪ੍ਰੈਲ ਦੀ ਹੈਗੀ ਜਿਹੜੀ ਐਪਲੀਕੇਸ਼ਨ ਤੈਅ ਹੋਈ। ਜਿਵੇਂ ਕਿ ਤੁਸੀਂ ਨੇ ਇਹ ਵੀਡੀਓ ਦੇਖੀ, ਕਈ ਲੋਕ ਬਹੁਤ ਪਰੇਸ਼ਾਨ ਸੀ ਇਸ ਗੱਲ ਨੂੰ ਲੈ ਕੇ, ਕਈ ਲੋਕਾਂ ਤੱਕ ਇਹ ਗੱਲ ਨਹੀਂ ਪਹੁੰਚੀ ਹੋਣੀ, ਕਈ ਲੋਕ ਟੈਨਸ਼ਨ ਵੀ ਲੈਂਦੇ ਨੇ ਜੋ ਕਿ ਸਿੱਧੂ ਨੂੰ ਪਿਆਰ ਕਰਦੇ, ਸਿੱਧੂ ਨੂੰ ਚਾਹੁਣ ਵਾਲੇ ਨੇ। ਪਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਹੁਣ ਸਰਦਾਰ ਬਲਕੌਰ ਸਿੰਘ ਜੀ ਹੋਰੀ ਸੇਫ ਨੇ, ਕੋਈ ਦਿੱਕਤ ਨਹੀਂ। ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਵੇਖ ਰਹੇ ਹੋ ਆਪਣੇ ਪਿੰਡ ਸ਼ਹਿਰ ਦਾ ਨਾਮ ਵੀ ਜ਼ਰੂਰ ਲਿਖਿਓ। ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਜਾਂਦੇ ਜਾਂਦੇ ਆਪਣੇ ਭਰਾ ਨੂੰ ਫੋਲੋ ਵੀ ਜ਼ਰੂਰ ਕਰ ਲਿਓ।